ਵੀ ਜਿਹੜੇ ਚੰਗੇ ਖਿਡਾਰੀ ਹੁੰਦੇ ਨੇ, ਖਿਡਾਰੀ ਚੰਗਾ ਬੰਦਾ, ਅਗਲਾ ਤੇ ਨਾ ਜ਼ੋਰ ਲਾਉਂਦਾ ਪੂਰਾ ਜ਼ੋਰ। ਜਿਹੜੇ ਬੰਦੇ ਨੇ ਬੋਲਿੰਗ ਕਰਨੀ ਹੈ, ਫਾਸਟ ਬੋਲਰ ਹੈ ਜਿਹੜਾ, ਉਹ ਵੇਖੋ ਤੁਸੀਂ ਵੀ ਆਪਣਾ ਸਾਰਾ ਜ਼ੋਰ ਲਾ ਕੇ ਸਿੱਟਦਾ। ਪਰ ਜੇ ਅਗਲਾ ਪੂਰਾ ਖਿਡਾਰੀ ਹੋਇਆ ਤੇ ਉਹਨੇ ਜਿੰਨੀ ਜ਼ੋਰ ਦੀ ਅਗਲੇ ਨੇ ਬੋਲ ਮਾਰਨੀ ਹੈ, ਅਗਲਾ ਖਿਡਾਰੀ ਹੋਵੇ ਉਨੀ ਜ਼ੋਰ ਨਾਲ ਮਾਰ ਕੇ ਫਿਰ ਕਹਿੰਦਾ ਛੱਕਾ ਲੱਗਿਆ। ਜ਼ੋਰ ਉਨਾ ਹੀ, ਕਿਉਂਕਿ ਉਹ ਖਿਡਾਰੀ ਹੈ। ਅਗਲੇ ਨੇ ਤੇ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ, ਜੇ ਅਗਲਾ ਖਿਡਾਰੀ ਹੋਇਆ ਉਹਨੇ ਉਸੇ ਤੋਂ ਆਊਟ ਤੇ ਕੀ ਹੋਣਾ, ਉਸੇ ਤੋਂ 6 ਰਨ ਬਣਾ ਲੈਣੇ ਅਗਲਾ ਜੇ ਖਿਡਾਰੀ ਹੋਇਆ। ਇਸੇ ਤਰ੍ਹਾਂ ਜਿਹੜੇ ਦੁੱਖ ਨੇ ਨਾ, ਇਹ ਬੜਾ ਚੜ ਚੜ ਕੇ ਆਉਂਦੇ ਆ, ਜਿਵੇਂ ਬੋਲ ਆਉਂਦੀ ਹੈ ਨਾ ਚੜ ਕੇ ਐ ਆਉਂਦੇ ਆ। ਤੇ ਜੇ ਅਗਲਾ ਖਿਡਾਰੀ ਬਣ ਜਾਏ ਜਿਹਨੂੰ ਦੁੱਖਾਂ ਨਾਲ ਖੇਡਣਾ ਆ ਜਾਏ, ਉਹ ਫਿਰ ਕੀ ਕਰਦਾ ਹੈ, ਉਹ ਹਰ ਬੋਲ ਨੂੰ, ਹਰ ਦੁੱਖ ਨੂੰ ਆਪਣੇ ਫਾਇਦੇ ਲਈ ਵਰਤ ਜਾਂਦਾ। ਅਗਲੇ ਨੇ ਮਾਰਿਆ ਸੀ ਵੀ ਮੈਂ ਹੁਣ ਤੈਨੂੰ ਆਊਟ ਕਰੂੰ, ਜ਼ੋਰ ਉਹਨੇ ਐ ਲਾਇਆ ਸੀ, ਤੇ ਜਿਹੜਾ ਖਿਡਾਰੀ ਸੀ ਉਹਨੇ ਉਹਦੇ ਤੋਂ 6 ਰਨ ਲੈ ਲਏ। ਉਹਨੇ ਆਊਟ ਕਰਨ ਲਈ ਜ਼ੋਰ ਲਾਉਂਦਾ ਰਿਹਾ, ਉਹ 1 ਰਨ, ਉਹ 6-6 ਕਰਕੇ ਉਹ ਦੁਨੀਆ 'ਚ ਫੇਮਸ ਹੋ ਗਿਆ। ਉਹਨੂੰ ਮਾਰਨ ਲਈ ਜ਼ੋਰ ਲਾਉਂਦਾ ਰਿਹਾ, ਉਹ ਖਿਡਾਰੀ ਸੀ, ਉਹ 1 ਨੰਬਰ ਦਾ ਬਣ ਗਿਆ। ਜਾ ਖਿਡਾਰੀ ਹੋਵੇ ਤੇ ਹਰ ਦੁੱਖ ਹੈ ਜਿਹੜਾ ਇਹ ਕੁਛ ਦੇ ਕੇ ਜਾਂਦਾ। ਬਾਲ ਆਈ ਸੀ ਮਾਰਨ ਵਾਸਤੇ ਆਊਟ ਕਰਨ ਲਈ, ਪਰ ਕੀ ਦੇ ਗਈ, ਰਨ ਦੇ ਗਈ ਨਾ, ਰਨ ਦੇ ਗਈ, ਕਿਉਂਕਿ ਅਗਲਾ ਖਿਡਾਰੀ ਹੈ। ਤੇ ਇਸੇ ਤਰ੍ਹਾਂ ਜੇ ਜਾਚ ਹੋਵੇ ਤੇ ਹਰ ਦੁੱਖ ਕੁਛ ਲੈ ਕੇ ਨਹੀਂ ਜਾਂਦਾ, ਨੁਕਸਾਨ ਨਹੀਂ ਕਰਕੇ ਜਾਂਦਾ, ਸਗੋਂ ਹਰ ਦੁੱਖ ਕੁਛ ਨਾ ਕੁਛ ਦੇ ਕੇ ਜਾਂਦਾ, ਬਸ਼ਰਤੇ ਅਗਲਾ ਖਿਡਾਰੀ ਹੋਵੇ। ਹਾਂ, ਜੇ ਖਿਡਾਰੀ ਨਾ ਹੋਇਆ ਇਹ ਨਹੀਂ ਪਤਾ ਵੀ ਵਿਕਟਾਂ 'ਚ ਵੱਜੇ, ਤੇ ਇਹ ਨਹੀਂ ਪਤਾ ਸਿਰ 'ਚ ਵੱਜ ਜਾਏ, ਸੱਟ ਫੇਟ ਵੀ ਵੱਜ ਜਾਂਦੀ ਹੈ। ਜੇ ਅਗਲਾ ਖਿਡਾਰੀ ਨਾ ਹੋਇਆ ਫਿਰ ਤੇ ਗਲਤ ਹੋਣਾ ਹੀ ਹੋਣਾ। ਪਰ ਜੇ ਅਗਲੇ ਨੂੰ ਤਕਨੀਕ ਆਉਂਦੀ ਹੈ, ਸਮਝ ਹੈ, ਮਿਹਨਤ ਕੀਤੀ ਹੋਈ ਹੈ, ਬਸ ਫਿਰ ਉਹ ਤੇ ਬੰਦਾ ਆਉਂਦਾ ਤੈਨੂੰ ਤਕਲੀਫ ਦਊ, ਸਗੋਂ ਅਗਲੇ ਨੂੰ ਫਾਇਦਾ ਕਰ ਜਾਂਦਾ ਉਹਦਾ। ਅਗਲਾ ਕਹਿੰਦਾ ਜ਼ਿਆਦਾ ਜ਼ੋਰ ਨਾਲ ਮਾਰੀ ਸੀ ਨਾ, ਉਨਾ ਹੀ ਤੂੰ ਮੇਰਾ ਫਾਇਦਾ ਕਰ ਗਿਆ, ਮੇਰੀ ਵੀ ਬੋਲ ਬਾਉਂਡਰੀ ਤੋਂ ਬਾਹਰ ਗਈ, ਮੇਰਾ ਨੁਕਸਾਨ ਨਹੀਂ ਕੀਤਾ ਸਗੋਂ ਤੂੰ ਮੇਰਾ ਫਾਇਦਾ ਕੀਤਾ। ਤਾਂ ਹੀ ਤੇ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਤੇ ਸਾਡਾ ਦਾਰੂ ਹੈ, ਮਤਲਬ ਦਵਾਈ ਹੈ ਦੁੱਖ ਤੇ। ਦੁੱਖ ਨੂੰ ਕਹਿੰਦੇ ਤਕਲੀਫ ਨਾ ਸਮਝੋ, ਇਹ ਤੇ ਦਾਰੂ ਬਣ ਜਾਂਦਾ, ਇਹ ਤੇ ਫਾਇਦਾ ਕਰਦਾ। ਪਰ ਜੇ ਫਾਇਦਾ ਲੈਣਾ ਆਉਂਦਾ ਹੋਵੇ, ਜੇ ਜਾਚ ਨਾ ਹੋਵੇ ਫਿਰ ਨਹੀਂ। ਜਿਹੜੇ ਬੰਦਿਆਂ ਨੂੰ ਜਾਚ ਨਹੀਂ ਹੁੰਦੀ ਉਹ ਤੇ ਫਿਰ ਨੁਕਸਾਨ ਕਰਾ ਲੈਂਦੇ ਆ, ਮਤਲਬ ਬੰਦਾ ਧਰਤੀ ਦੇ ਵਿੱਚ ਉੱਥੇ ਖੜਾ ਹੈ, ਉਹਨੂੰ ਦੱਬਣ ਲੱਗੇ। ਕਈ ਐਗਜ਼ੈਂਪਲਾਂ ਆਉਂਦੀਆਂ ਨੇ, ਕਈ ਵਾਰੀ ਕਿਤੇ ਗਧਾ ਸੀ ਉਹਨੂੰ ਉਹਦੇ ਮਿੱਟੀ ਪਾਈ ਗਈ, ਕੋਈ ਬੰਦੇ ਦੀ ਗੱਲ ਕਰ ਦਿੰਦਾ, ਕਈਆਂ ਨੇ ਲਿਖੀਆਂ ਹੁੰਦੀਆਂ, ਮਤਲਬ ਬੰਦਾ ਉਹਨੂੰ ਦੱਬਣ ਲੱਗੇ ਹੈ, ਉਹ ਵਿੱਚ ਜਦੋਂ ਟੋਕਰਾ ਮਿੱਟੀ ਦਾ ਸਿੱਟਿਆ ਉਹ ਮਿੱਟੀ ਦੇ ਉੱਤੇ ਚੜ ਗਿਆ, ਮਤਲਬ ਉਹਦੇ ਉੱਤੇ ਹੋ ਗਿਆ। ਉਹਨਾਂ ਨੇ ਹੋਰ ਟੋਕਰਾ ਸਿੱਟਿਆ ਉਹ ਹੋਰ ਉੱਚਾ ਹੋ ਗਿਆ, ਉੱਤੇ ਚੜ੍ਹ ਜਾ ਕਰੇ ਫਟਾਫਟ ਮਾਰ ਕੇ ਛਾਲ ਫੇਰ ਉੱਤੇ, ਜਦੋਂ ਤੱਕ ਦੂਜਾ ਟੋਕਰਾ ਸਿੱਟਿਆ ਕਰਨ ਉਹ ਹੋਰ ਉੱਚਾ, ਉਹਨੂੰ ਦੱਬਣ ਨੂੰ ਫਿਰਦੇ ਸੀ ਉਹ ਬਾਹਰ, ਮਤਲਬ ਉਹ ਦੁੱਖ ਦੇਣ ਨੂੰ ਫਿਰਦੇ ਸੀ ਵੀ ਇਹਨੂੰ ਮਾਰਾਂਗੇ ਦੱਬਾਂਗੇ, ਉਹ ਇੱਕ ਇੱਕ ਤਕਲੀਫ ਨਾਲ ਸਗੋਂ ਬਾਹਰ ਆਈ ਗਿਆ। ਉਹ ਕਹਿੰਦਾ ਮੇਰਾ ਤੇ ਫਾਇਦਾ ਹੋ ਗਿਆ, ਮੇਰਾ ਤੁਸੀਂ ਨੁਕਸਾਨ ਥੋੜਾ ਕੀਤਾ। ਜਿਹੜੇ ਐਕਸਪੀਰੀਅੰਸ, ਜਿਹੜੇ ਤਜਰਬੇ ਦੁੱਖਾਂ ਵਿੱਚ ਹੁੰਦੇ ਨੇ ਉਹ ਕਦੇ ਹੋ ਹੀ ਨਹੀਂ ਸਕਦੇ, ਹੋਣੇ ਹੀ ਨਹੀਂ। ਤਾਂ ਕਰਕੇ ਗੁਰਬਾਣੀ ਨੇ ਕਿਤੇ ਇਹ ਗੱਲ ਨਹੀਂ ਕੀਤੀ ਦੁੱਖ ਦੂਰ ਕਰਨੇ ਹੈ, ਗੁਰਬਾਣੀ ਕਹਿੰਦੀ ਹੈ ਦੁੱਖਾਂ ਨਾਲ ਡੀਲ ਕਰਨਾ ਹੈ। ਇਹ ਸਿੱਖੋ।